ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨ ਆਪਣੀ ਮਿਹਨਤ ਜੋ ਕਿ ਮਿਹਨਤ ਦੇ ਨਾਲ ਜਿਹੜੀ ਕਣਕ ਉਗਾਈ ਹੈ ਉਸ ਨੂੰ ਵੱਢਣ 'ਚ ਲੱਗੇ ਹੋਏ ਨੇ ਪਰ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਖੜੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਜਿਸ ਤੋਂ ਬਾਅਦ ਕਿ ਪੀੜਿਤ ਕਿਸਾਨ ਬੇਹੱਦ ਦੁਖੀ ਹੋਏ ਪਏ ਨੇ ਅਤੇ ਹੁਣ ਤਾਜ਼ਾ ਖਬਰ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਰੀਬ 45 ਏਕੜ ਜੋ ਕਿ ਅਲੱਗ ਅਲੱਗ ਕਿਸਾਨਾਂ ਦੀ ਫਸਲ ਹੈ 45 ਏਕੜ ਦੇ ਕਰੀਬ ਫਸਲ ਨੂੰ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਇਹ ਫਸਲ ਬਰਬਾਦ ਹੋ ਗਈ ਹੈ ਜਿਸ ਤੋਂ ਬਾਅਦ ਕਿ ਕਿਸਾਨ ਨੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਆਪਣੀ ਅੱਖਾਂ ਦੇ ਸਾਹਮਣੇ ਸੜਦੀ ਹੋਈ ਵੇਖੀ ਹੈ ਅਤੇ ਹੁਣ ਕੈਮਰੇ ਦੇ ਅੱਗੇ ਆਪਣਾ ਸਾਰਾ ਦਰਦ ਬਿਆਨ ਕੀਤਾ ਕੀ ਕਹਿਣਾ ਇਸ ਕਿਸਾਨ ਦਾ ਆਓ ਸੁਣਦੇ ਹਾਂ ਹਾਂਜੀ ਕੀ ਨਾਮ ਬਾਈ ਜੀ ਤੁਹਾਡਾ ਮੇਰਾ ਨਾਮ ਸਰਦਾਰ ਭਗਤ ਸਿੰਘ ਸਪੁੱਤਰ ਸਰਦਾਰ ਦਰਸ਼ਨ ਸਿੰਘ ਪਿੰਡ ਕਾਲੀਵਾਲਾ ਅੱਛਾ ਆਹ ਅੱਗ ਲੱਗਣ ਦੀ ਘਟਨਾ ਜਿਹੜੀ ਵਾਪਰੀ ਹੈ ਇਹ ਕਿਵੇਂ ਲੱਗੀ ਅੱਗ ਇਹ ਕੰਬਾਈਨ ਵੜਦੀ ਸੀ ਗਵਾਂਢੀਆਂ ਦੀ ਤਲਵੰਡੀ ਭਾਈ ਤੋਂ ਉਸ ਤੋਂ ਅੱਗ ਲੱਗੀ ਹੈ ਜੀ 8 ਕਿੱਲੇ ਕਣਕ ਮੇਰੀ ਮੱਚੀ ਹੈ ਅਤੇ 17-18 ਕਿੱਲੇ ਕਣਕ ਮੇਰੇ ਗਵਾਂਢੀ ਦੀ ਮੱਚੀ ਹੈ ਕੁੜੀ ਕਾਲੀਵਾਲ ਤੋਂ ਰਾਜਪਾਲ ਸਿੰਘ ਸਨ ਆਫ ਕੁੰਡਾ ਸਿੰਘ ਬਾਕੀ 20-22 ਕਿੱਲੇ ਨਾੜ ਇੱਥੇ ਉਹਨਾਂ ਕੋਲ ਜ਼ਮੀਨ ਠੇਕੇ 'ਤੇ ਮੇਰੇ ਪਿੰਡ ਦੇ ਸਰਦਾਰ ਕੁਲਵੰਤ ਸਿੰਘ ਸਨ ਆਫ ਜਗਰਾਜ ਸਿੰਘ ਉਹਨਾਂ ਦਾ ਨਾੜ ਮੱਚਿਆ 20-22 ਕਿੱਲੇ 'ਤੇ ਅੱਛਾ ਟੋਟਲ ਕਿੰਨਾ ਕੁ ਏਰੀਆ ਜਿਹੜਾ ਹੈਗਾ ਲੌਸ ਹੋਇਆ ਹੋਊਗਾ ਇਹ ਕਿੰਨੇ ਚਿਰ ਬਾਅਦ ਆਈ ਹੈ ਫਾਇਰ ਬ੍ਰਿਗੇਡ ਤਾਂ ਭਾਈ ਇੱਥੋਂ ਲੇਟ ਆਈ ਆ ਦੂਜੀਆਂ ਬਹੁਤ ਲੇਟ ਆਈਆਂ ਮੇਰੇ ਪਿੰਡ ਦੇ ਤੇ ਨਾਲ ਦੇ ਪਿੰਡਾਂ ਦੇ ਡਰੰਮ ਆ ਸਾਡੇ ਭਰ ਕੇ ਰੱਖੇ ਹੋਏ ਪਾਣੀ ਵਾਲੇ ਘੱਟ ਤੋਂ ਘੱਟ 30-35 ਡਰੰਮ ਸੀ ਜਿਨ੍ਹਾਂ ਨੇ ਆ ਕੇ ਤੇ ਪਬਲਿਕ ਨੇ ਨੌਜਵਾਨਾਂ ਨੇ ਇਹਦਾ ਸਾਥ ਦਿੱਤਾ ਆ ਕੇ ਬੁਝਾਈ ਅੱਗ ਇੱਕ ਫਾਇਰ ਬ੍ਰਿਗੇਡ ਜਿਹੜੀ ਪਹੁੰਚੀ ਆ ਉਹ ਅੱਧੇ ਘੰਟੇ ਬਾਅਦ ਪਹੁੰਚੀ ਬਾਕੀ ਸਭ ਅੱਗ ਕੰਟਰੋਲ ਹੋਈ ਤੋਂ ਆਈਆਂ ਜੀ